ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰਾ। ਸਤਿਗੁਰੂ ਪਾਤਸ਼ਾਹ ਬੜਾ ਸੋਹਣਾ ਬਿਆਨ ਕਰਦੇ ਨੇ, ਜਿਸ ਤਰ੍ਹਾਂ ਸਰੀਰ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਪਾਣੀ ਨਾਲ ਇਸ਼ਨਾਨ ਕਰਦਾ ਹੈ, ਇਸੇ ਤਰ੍ਹਾਂ ਮਨ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਬਾਣੀ ਦੇ ਨਾਲ ਇਸ਼ਨਾਨ ਕਰ, ਕੀਰਤਨ ਦੇ ਨਾਲ ਇਸ਼ਨਾਨ ਕਰ। ਤਾਂ ਹੀ ਬੜੇ ਮਾਣ ਕਰਕੇ ਬਾਣੀ ਦੇ ਅੰਦਰ ਆਖਿਆ ਗਿਆ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਰਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ। ਅੱਜ ਤੱਕ ਗੁਰੂ ਘਰਾਂ ਵਿੱਚ ਜਦੋਂ ਵੀ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਕੀਰਤਨ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਗੁਰੂ ਰੂਪ ਸਾਧ ਸੰਗਤ ਜੀ, ਮੈਂ ਤੁਹਾਡਾ ਆਪਣਾ ਹਨਵੰਤ ਸਿੰਘ ਲੈ ਕੇ ਹਾਜ਼ਰ ਹਾਂ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕਿਆ ਗਿਆ ਖਾਸ ਪ੍ਰੋਗਰਾਮ ਗਾਵੋ ਸੱਚੀ ਬਾਣੀ, ਜਿਹਦਾ ਮਨੋਰਥ ਕੇਵਲ ਗੁਰੂ ਕਾ ਕੀਰਤਨੀਆਂ ਦੀ ਭਾਲ ਕਰਨਾ ਨਹੀਂ, ਸਗੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੋ ਕਿ ਆਪਸੀ ਸੁਨੇਹਾ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ। ਜੋ ਇਹ ਬਚਨ ਕਰਦੀ ਹੋਵੇ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਉਹ ਵਿਚਾਰਧਾਰਾ ਜਿਹੜੀਆਂ ਆਪਸੀ ਨਫ਼ਰਤ, ਜਾਤ ਪਾਤ, ਊਚ ਨੀਚ, ਵੈਰ ਵਿਰੋਧ ਦੀਆਂ ਦੀਵਾਰਾਂ ਖਤਮ ਕਰਕੇ ਇੱਕ ਪਿਆਰ ਦਾ ਸੁਨੇਹਾ ਦਿੰਦੀ ਹੋਵੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਅਜੋਕੇ ਸਮਾਜ ਨੂੰ ਆਉਣ ਵਾਲੀ ਪਨੀਰੀ ਨੂੰ ਵਾਕਫ ਕਰਾਉਣਾ, ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਆਪਣੇ ਵਿਰਸੇ 'ਤੇ, ਆਪਣੀ ਵਿਰਾਸਤ 'ਤੇ ਫਖਰ ਕਰ ਸਕੇ, ਮਾਣ ਕਰ ਸਕੇ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤੁਸੀਂ ਆਨੰਦ ਮਾਣ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਲੀਕੇ ਗਏ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦੇ ਨਾਲ, ਜਿਸ ਦੇ ਟਾਈਟਲ ਸਪੋਂਸਰ ਨੇ ਅਮੁੱਲ ਕੋ, ਪ੍ਰੈਜੈਂਟਡ ਬਾਈ ਕੋਲਗੇਟ ਡੈਂਟਲ ਕਰੀਮ ਐਂਡ ਗੋਦਰੇ ਨੰਬਰ 1, ਪਾਊਡ ਬਾਈ ਸਿੰਟੈਕਸ ਵਾਟਰ ਟੈਂਕ, ਅਤੇ ਜਿਨ੍ਹਾਂ ਦੇ ਐਸੋਸੀਏਟ ਸਪੋਂਸਰ ਨੇ ਮਾਡਰਨ ਇਨਸੈਕਟੀਸਾਈਡ ਲਿਮਿਟਿਡ ਲੁਧਿਆਣਾ। ਗੁਰੂ ਪਿਆਰ ਵਾਲਿਓ, ਜਿਸ ਤਰ੍ਹਾਂ ਅੰਮ੍ਰਿਤਸਰ ਦੀ ਧਰਤੀ 'ਤੇ ਇੱਕ ਨਹੀਂ ਅਨੇਕਾਂ ਹੀ ਪ੍ਰਤੀਯੋਗੀਆਂ ਨੇ ਆਪਣੇ ਹੁਨਰ ਦੇ ਨਾਲ ਜੱਜ ਸਾਹਿਬਾਨ ਨੂੰ ਖੁਸ਼ ਕੀਤਾ ਹੈ, ਕਿ ਲੁਧਿਆਣਾ ਦੀ ਧਰਤੀ ਤੋਂ ਸਾਨੂੰ ਕੋਈ ਮਿਲੇਗਾ ਇਹੋ ਜਿਹਾ ਗੁਰੂ ਕਾ ਪਿਆਰਾ, ਇਹੋ ਜਿਹਾ ਕੋਈ ਗੁਰੂ ਕਾ ਕੀਰਤਨੀਆਂ ਜਿਹੜਾ ਸੁਰਾਂ ਵਿੱਚ ਹੋਵੇਗਾ ਪੱਕਾ, ਜਿਹਦੀ ਆਵਾਜ਼ ਹੋਵੇਗੀ ਮਿਠਾਸ ਨਾਲ ਭਰਪੂਰ, ਜਿਹੜਾ ਕਰੇਗਾ ਜੱਜ ਸਾਹਿਬਾਨ ਨੂੰ ਖੁਸ਼। ਇਹਨੂੰ ਵੇਖਣ ਵਾਸਤੇ ਆਪਾਂ ਚੱਲਦੇ ਹਾਂ ਲੁਧਿਆਣਾ ਦੀ ਧਰਤੀ 'ਤੇ ਹੋ ਰਹੇ ਗਾਵੋ ਸੱਚੀ ਬਾਣੀ ਦੇ ਆਡੀਸ਼ਨ। ਅਕਾਲ ਮੂਰਤ ਅਜੂਨੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਗਾਵੋ ਸੱਚੀ ਬਾਣੀ ਦੇ ਲੁਧਿਆਣਾ ਸ਼ਹਿਰ ਵਿੱਚ ਆਡੀਸ਼ਨ ਚੱਲ ਰਹੇ ਨੇ। ਮੈਂ ਥੋੜ੍ਹਾ ਜਿਹਾ ਆਡੀਸ਼ਨ ਸੈੱਟ ਤੋਂ ਬਾਹਰ ਆਇਆ ਅਤੇ ਕੀ ਵੇਖ ਰਿਹਾ, ਪ੍ਰਤੀਯੋਗੀ ਰਿਆਜ਼ ਕਰ ਰਹੇ ਨੇ। ਕਿਸ ਤਰ੍ਹਾਂ ਦਾ ਰਿਆਜ਼ ਕਰ ਰਹੇ ਨੇ, ਆਓ ਗੱਲਬਾਤ ਕਰਦੇ ਹਾਂ ਪ੍ਰਤੀਯੋਗੀਆਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਅੱਜ? ਬਹੁਤ ਨਰਵਸ ਹਾਂ। ਸਾਹਮਣੇ ਕਿੱਦਾਂ ਕਰਾਂਗੇ? ਕੀ ਕਦੀ ਪਹਿਲੇ ਕਦੀ ਗਏ ਨਹੀਂ ਇਸ ਤਰ੍ਹਾਂ ਦੇ ਮੁਕਾਬਲੇ 'ਚ? ਨਹੀਂ, ਪਹਿਲਾਂ ਕਦੀ ਨਹੀਂ ਕੀਤਾ। ਕਿੰਨੀ ਕੁ ਤਿਆਰੀ ਹੈ? ਤਿਆਰੀ ਫੁੱਲ ਹੈ। ਕਿੱਥੋਂ ਆਏ ਆਪਾਂ? ਅਸੀਂ ਜਲੰਧਰ ਤੋਂ ਆਏ ਜੀ। ਕੀ ਬਾਤ ਹੈ, ਕਿਹੜਾ ਰਾਗ ਗਾਓਗੇ ਅੱਜ?
ਮੈਂ ਰਾਗ ਭੈਰਵੀ ਗਾਉਂਗਾ ਜੀ। ਰਾਗ ਭੈਰਵੀ ਤਿਆਰੀ ਆ ਪੂਰੀ? ਹਾਂਜੀ। ਕਿੰਨਾ ਚਿਰ ਹੋ ਗਿਆ ਸਿੱਖਦੇ ਨੂੰ? ਮੈਨੂੰ 6-7 ਸਾਲ ਹੋ ਗਏ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗਾਵੋ ਸੱਚੀ ਬਾਣੀ ਦੇ ਲੁਧਿਆਣਾ ਆਡੀਸ਼ਨ ਆਰੰਭ ਹੋ ਚੁੱਕੇ ਨੇ। ਤਿੰਨੋਂ ਜੱਜ ਸਾਹਿਬਾਨ ਵੀ ਮੰਚ 'ਤੇ ਆ ਕੇ ਬਿਰਾਜਮਾਨ ਹੋ ਗਏ ਨੇ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਨ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਅਤੇ ਸਾਡੇ ਪਹਿਲੇ ਪ੍ਰਤੀਯੋਗੀ ਵੀ ਜੱਜ ਸਾਹਿਬਾਨ ਦੇ ਸਾਹਮਣੇ ਜਾ ਕੇ ਆਪਣਾ ਹੁਨਰ ਦਿਖਾਉਣ ਲਈ ਬਿਲਕੁਲ ਤਿਆਰ ਨੇ। ਸਰਬਜੀਤ ਸਿੰਘ ਜੀ ਆਓ ਜੀ, ਖੁਸ਼ ਆਮਦੀਦ, ਵੈਲਕਮ, ਆਸਨ ਗ੍ਰਹਿਣ ਕਰੋ। ਸਤਿਗੁਰ ਆਇਓ ਸਰਣ ਤੁਹਾਰੀ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸਰਣ ਤੁਹਾਰੀ, ਸਤਿਗੁਰ ਆਇਓ ਸਰਣ ਤੁਹਾਰੀ। ਬੇਟੇ ਜੀ ਤੁਹਾਡੀ ਆਵਾਜ਼ ਅੱਛੀ ਹੈ, ਥੋੜ੍ਹਾ ਘਬਰਾ ਵੀ ਰਹੇ ਹੋ, ਕਾਫ਼ੀ ਤੁਹਾਡੇ ਚਿਹਰੇ 'ਤੇ ਪਰੇਸ਼ਾਨੀ ਹੈ, ਜਿਹੜੀ ਚਾਹੀਦੀ ਨਹੀਂ। ਔਰ ਮੈਂ ਤੁਹਾਨੂੰ ਇਹ ਰਾਏ ਦਿਆਂਗਾ ਕਿ ਤੁਸੀਂ ਹੋਰ ਮਿਹਨਤ ਕਰੋ, ਬੜੀ ਛੋਟੀ ਉਮਰ ਹੈ, ਬੜੇ ਚੰਗੇ ਢੰਗ ਨਾਲ ਤੁਸੀਂ ਕਰ ਸਕਦੇ ਹੋ, ਬੜੇ ਮੌਕੇ ਨੇ, ਗੁਰੂ ਰਹਿਮਤ। ਕੀ ਗੱਲ, ਬੜੀ ਮਾਯੂਸੀ ਹੈ ਚਿਹਰੇ 'ਤੇ? ਸਰ ਥੋੜ੍ਹੀ ਮਿਹਨਤ ਕਮੀ ਕਰਕੇ ਰਿਜੈਕਟ ਕਰ ਦਿੱਤਾ ਗਿਆ ਜੱਜ ਸਾਹਿਬ ਸੂਝਵਾਨ ਨੇ ਜੀ। ਚਲੋ ਕੋਈ ਗੱਲ ਨਹੀਂ, ਘਬਰਾਉਣਾ ਨਹੀਂ, ਅਗਲੇ ਸਾਲ ਫਿਰ ਆਉਣਾ ਹੀ ਕਾਫਲਾ ਗਾਵੋ ਸੱਚੀ ਬਾਣੀ ਦਾ, ਤਿਆਰੀ ਕਰੋ, ਠੀਕ ਹੈ? ਰਵਿੰਦਰ ਕੌਰ ਖਾਲਸਾ। ਬੇਟੇ ਬੜੀ ਛੋਟੀ ਉਮਰ ਹੈ ਤੁਹਾਡੀ, ਬੜਾ ਸਿੱਖਣ ਦਾ ਵਕਤ ਹੈ, ਗੁਰਮਤਿ ਸੰਗੀਤ ਲਈ ਬੜੀ ਸਾਧਨਾ ਹੁੰਦੀ ਹੈ, ਅਤੇ ਉਹ ਕਰੋ ਤੁਸੀਂ। ਮੇਰਾ ਨਾਮ ਚਰਨਜੀਤ ਸਿੰਘ ਅਤੇ ਮੈਂ ਲੁਧਿਆਣੇ ਦਾ ਵਸਨੀਕ ਹਾਂ। ਮੇਰੇ ਸੰਗੀਤ ਵਿੱਚ ਰੁਚੀ ਮੇਰੇ ਪਿਤਾ ਜੀ ਹੋਣਾ ਕਰਕੇ ਪਈ, ਉਹਨਾਂ ਦੇ ਸੰਸਕਾਰ ਜੋ ਕਿ ਮੇਰੇ ਵਿੱਚ ਆਏ ਅਤੇ ਮੈਂ ਸੰਗੀਤ ਵੱਲ ਆਪਣਾ ਧਿਆਨ ਵਧਾਇਆ, ਅਤੇ ਹੁਣ ਉਹ ਸੰਸਕਾਰ ਚੱਲਦੇ ਚੱਲਦੇ ਇੱਥੇ ਤੱਕ ਆ ਪਹੁੰਚੇ ਨੇ, ਗਾਵੋ ਸੱਚੀ ਬਾਣੀ ਦੇ ਪਲੇਟਫਾਰਮ ਤੱਕ। ਇਸ ਕੰਪੀਟੀਸ਼ਨ ਨੂੰ ਜਿੱਤਾਂ ਅਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ, ਮੇਰੇ ਪੇਰੈਂਟਸ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ। ਚਲੋ ਤੁਸੀਂ ਸ਼ੁਰੂ ਕਰੋ, ਸਾਹਿਬ ਕਿਰਪਾ ਕਰਨਗੇ। ਕੁਰਬਾਨ ਜਾਉ ਮਿਹਰਬਾਨਾ, ਕੁਰਬਾਨ ਜਾਉ, ਕੁਰਬਾਨ ਜਾਉ, ਕੁਰਬਾਨ ਤੇਰਾ ਨਾਮ, ਹਾਂ ਕੁਰਬਾਨ।
ਬੜਾ ਆਨੰਦ ਆਇਆ, ਬੜਾ ਸਵੀਟ ਗਾਇਆ ਤੁਸੀਂ, ਮਿੱਠਾ ਗਾਇਆ। ਸ਼ੁਕਰੀਆ। ਗਲਾ ਤੁਹਾਡਾ ਬੜਾ ਸੁਰੀਲਾ ਜੀ, ਹੈ ਛੋਟਾ ਜੇ ਗਲਾ, ਛੋਟਾ ਇਸ ਨੂੰ ਵੱਡਾ ਜੇ ਕਰਨਾ ਹੋਵੇ। ਆਓ ਫਿਰ ਆਓ, ਸਾਨੂੰ ਦਰਸ਼ਨ ਦਿਓ ਸਾਡੇ ਵੱਲ। ਆਓ ਕੁਰਬਾ। ਤੁਸੀਂ ਜੁੜੇ ਹੋਏ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਹੋਏ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦੇ ਨਾਲ। ਸਮਾਂ ਇੱਕ ਵਕਫੇ ਦਾ, ਮਿਲਦੇ ਇਸ ਵਕਫੇ ਤੋਂ ਬਾਅਦ। ਮੈਂ ਜਹੀ ਕਨ ਚੇਰੇ, ਮੈਂ ਜਹੀ ਕਨ ਚੇਰੇ, ਗਾਵੋ ਸੱਚੀ ਬਾਣੀ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ, ਸਾਧ ਸੰਗ ਚਿਨ ਪਾਇਆ ਸਹੀ ਵਡਭਾਗੇ। ਗੁਰੂ ਪਿਆਰ ਵਾਲਿਓ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਹੋਏ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਲੁਧਿਆਣਾ ਸ਼ਹਿਰ ਦੀ ਧਰਤੀ 'ਤੇ ਗਾਵੋ ਸੱਚੀ ਬਾਣੀ ਦੇ ਚੱਲ ਰਹੇ ਨੇ ਆਡੀਸ਼ਨ, ਕੀ ਸਾਨੂੰ ਲੁਧਿਆਣਾ ਸ਼ਹਿਰ ਦੀ ਧਰਤੀ ਤੋਂ ਮਿਲੇਗੀ ਉਹ ਸੁਰੀਲੀ ਆਵਾਜ਼ ਜੋ ਗਾਵੋ ਸੱਚੀ ਬਾਣੀ ਦਾ ਖਿਤਾਬ ਆਪਣੀ ਝੋਲੀ ਪਵਾਏਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਇਹ ਵੇਖਣ ਵਾਸਤੇ ਆਪਾਂ ਚੱਲਦੇ ਹਾਂ ਆਡੀਸ਼ਨ ਸੈੱਟ 'ਤੇ। ਮਨਵੀਰ ਕੌਰ ਜੀ ਆਓ ਜੀ। ਅਮਰਪਾਲ ਸਿੰਘ ਜੀ। ਜਾਗਤ ਜੋਤ ਜਪੈ ਨਿਸ ਬਸੁਰ ਏਕ ਬਿਨਾ ਮਨ ਨੈਕ ਨਾਯਾਨ। ਜਾਗਤ ਜੋਤ ਜਪੈ ਬੇਟੀ। ਰਵਨੀਤ ਕੌਰ। ਮੈਂ ਰਵਨੀਤ ਕੌਰ ਰਾਏਪੁਰ ਛੱਤੀਸਗੜ੍ਹ ਤੋਂ ਆਈ ਹਾਂ। ਬਚਪਨ ਤੋਂ ਹੀ ਸੰਗੀਤ ਦੇ ਵਿੱਚ ਰੁਚੀ ਸੀ ਮੈਨੂੰ। ਮੇਰੇ ਫਾਦਰ ਨਹੀਂ ਸਿੱਖ ਪਾਏ ਸੰਗੀਤ, ਅਤੇ ਮੈਂ ਹੋਈ ਹਾਂ, ਅਤੇ ਉਹਨਾਂ ਨੂੰ ਲੱਗਿਆ ਕਿ ਨਹੀਂ, ਮੈਂ ਸੰਗੀਤ ਇਹਨੂੰ ਸਿਖਾਉਣਾ ਹੈ। ਇੰਨੀ ਦੂਰ ਮੈਂ ਆ ਜਾਈ ਹਾਂ ਅਤੇ ਆਪਣੇ ਮੰਮੀ ਪਾਪਾ ਦਾ ਸੁਪਨਾ ਪੂਰਾ ਕਰਕੇ ਹੀ ਜਾਵਾਂ। ਅਸਥਾ ਯੰਤਰਾ ਸੁਣਾਓ ਸਾਨੂੰ। ਪਿਆਰੇ ਹੋ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗਾ।
ਬਾਣ ਤਾਗਾ ਬਸ ਬੇਟੇ ਸ਼ਾਬਾਸ਼ ਸ਼ਾਬਾਸ਼ ਬਹੁਤ ਅੱਛਾ ਉਪਰਾਲਾ ਹੈ ਬੜੀ ਅੱਛੀ ਆਵਾਜ਼ ਹੈ ਰੂਹ ਹੈ ਔਰ ਤੁਸੀਂ ਜਿਹੜੀ ਉਮੀਦ ਲੈ ਕੇ ਆਏ ਹੋ ਜਿਹੜੀ ਮਿਹਨਤ ਕੀਤੀ ਹੈ ਔਰ ਤੁਹਾਨੂੰ ਖੁਸ਼ੀ ਹੋਵੇਗੀ ਸੁਣ ਕੇ ਕਿ ਉਸਨੂੰ ਬੂਰ ਪਿਆ ਹੈ ਤੁਸੀਂ ਆਓ ਸਾਡੇ ਕੋਲ ਭਾਈ ਚਰਨਜੀਤ ਸਿੰਘ ਜੀ ਕੇਤੀ ਕੇਤੀ ਮੰਗਨ ਮੰਗ ਜਾਗਤ ਜੋਤ ਜਪੈ ਨਿਸਵ ਸੁਰ ਪਾਯੋ ਮਨ ਕਰ ਕਬ ਹੁਣ ਹਰ ਗੁਣ ਗਾਯੋ ਉੱਚੇ ਮੰਦਰ ਸਾਲ ਰਸੋ ਇੱਕ ਕਰੀ ਹੁਣ ਰਹਿਣ ਨਾ ਹੋਈ ਮਿਹਨਤ ਕਰੋ ਬੈਠੋ ਚੌਂਕੜੇ ਮਾਰ ਕੇ ਕਈ ਕਈ ਘੰਟੇ ਲਾਭ ਕਰੋ ਰਿਆਜ਼ ਫਿਰ ਗੱਲ ਬਣੀ ਆ ਗਲੇ ਸਾਧੇ ਜਾਣ ਕੇ ਨਾਲੇ ਸਿੱਖਦੇ ਤਾਂ ਤੁਸੀਂ ਹੈ ਜੋ ਜਿੱਥੋਂ ਵੀ ਸਿੱਖਦੇ ਵਧੀਆ ਸਿੱਖੋ ਪਰ ਬੈਠੋ ਰਿਆਜ਼ 'ਤੇ ਪਹਿਲਾਂ ਤੁਸੀਂ ਸ਼ੁਰੂਆਤ ਅੱਛੀ ਕੀਤੀ ਹੈ ਲੇਕਿਨ ਬਾਅਦ ਵਿੱਚ ਥੋੜ੍ਹਾ ਹਲਕਾਪਨ ਆ ਗਿਆ ਹੈ ਉਮੀਦ ਹੈ ਕਿ ਤੁਸੀਂ ਮਿਹਨਤ ਬਰਕਰਾਰ ਰੱਖੋਗੇ ਗੁਰਮਤਿ ਸੰਗੀਤ ਦੀ ਪ੍ਰਤੀਯੋਗਤਾ ਹੈ ਇਹਦੇ ਵਿੱਚ ਬਹੁਤ ਸੋਚ ਸਮਝ ਕੇ ਕੰਟੈਸਟੈਂਟ ਜਿਹੜੇ ਪ੍ਰਤੀਯੋਗੀ ਚੁਣਨੇ ਪੈਂਦੇ ਨੇ ਅਸੀਂ ਤੁਹਾਨੂੰ ਵਿਚਾਰ ਅਧੀਨ ਲਿਆਂਦਾ ਪੈਂਡਿੰਗ 'ਚ ਰੱਖਿਆ ਮਨਜਿੰਦਰ ਸਿੰਘ ਜੀ ਕਿੱਥੋਂ ਆਏ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਪੂਰੀ ਤਿਆਰੀ ਹੈ ਫਿਰ ਹਾਂਜੀ ਬਿਲਕੁਲ ਜੀ ਕਿਵੇਂ ਕਹਿੰਦਾ ਜੱਜ ਸਾਹਿਬਾਨ ਨੂੰ ਖੁਸ਼ ਬਸ ਜੀ ਆਪਣੇ ਵੱਲੋਂ ਤਾਂ ਪੂਰੀ ਮਿਹਨਤ ਕੀਤੀ ਹੈ ਅਤੇ ਅੱਗੋ ਜੱਜ ਸਾਹਿਬ ਦੇਖਦੇ ਹਾਂ ਕੀ ਕਮੈਂਟਸ ਦਿੰਦੇ ਨੇ ਚਲੋ ਬੈਸਟ ਆਫ ਲੱਕ ਤੂੰ ਠਾਕਰੋ ਪੈਰਾ ਕਹਿੰਦੇ ਨੇ ਸਹਿਜੇ ਗਾਵਿਆ ਥਾਂ ਪਵੈ ਬਿਨ ਸਹਿਜੇ ਕਥਨੀ ਬਾਤ ਸਹਿਜ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਕੀ ਰਾਧਾ ਤੁਹਾਨੂੰ ਇੱਥੇ ਬੁਲਾਵਾਂਗੇ ਅਸੀਂ ਜਲਦੀ ਦੱਸ ਦਿਓ ਲੈ ਜਾਓ ਅੰਦਰ ਤੁਸੀਂ ਆ ਜਾਓ ਫਿਰ ਆ ਜਾਓ ਸਾਰੇ ਨਾ ਜਾਣਾ ਤੂੰ ਵੱਡਦਾਣਾ ਮੇਰਾ ਨਾਮ ਰਜਿੰਦਰ ਸਿੰਘ ਮੈਂ ਪਿੰਡ ਮਧੂ ਸ਼ੰਗਾ ਅੰਮ੍ਰਿਤਸਰ ਜ਼ਿਲ੍ਹਾ ਤੋਂ ਬਿਲੋਂਗ ਕਰਦਾ ਐਂਡ ਅੱਜ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਗਾਓ ਸੱਚੀ ਬਾਣੀ ਦੀ ਆਡੀਸ਼ਨ ਦੇਣ ਆਇਆ ਅਤੇ ਆਡੀਸ਼ਨ ਬਹੁਤ ਵਧੀਆ ਰਹੀ ਕੱਲ੍ਹ ਅੰਮ੍ਰਿਤਸਰ ਵੀ ਆਡੀਸ਼ਨ ਸੀ ਫੈਮਿਲੀ ਪ੍ਰੋਬਲਮ ਕਰਕੇ ਉੱਥੇ ਮੈਂ ਆਡੀਸ਼ਨ ਨਹੀਂ ਦੇ ਪਾਇਆ ਸੋ ਅੱਜ ਮੈਂ ਇੱਥੇ ਆਡੀਸ਼ਨ ਦਿੱਤਾ ਮੇਰੀ ਸਿਲੈਕਸ਼ਨ ਹੋ ਗਈ ਜਜਿਸ ਨੇ ਬਹੁਤ ਅੱਛੇ ਅੱਛੇ ਕਮੈਂਟਸ ਦਿੱਤੇ ਐਂਡ ਬਹੁਤ ਗੁੱਡ ਫੀਲ ਹੋ ਰਿਹਾ ਜੀ ਕਿਰਪਾ ਕਰੋ ਦੀਨ ਕੇ ਦਾਤੇ ਹੋਰ ਮਿਹਨਤ ਕਰੋ ਹੋਰ ਰਿਆਜ਼ ਕਰੋ ਅਜੇ ਗਲੇ ਦੇ ਵਿੱਚ ਬਹੁਤ ਕੁਝ ਆਉਣ ਵਾਲਾ ਆਵੇਗਾ ਮਿਹਨਤ ਕਰੋਗੇ ਸਾਜਨ ਦੇ ਸਵਦੇਸੀ ਅੜੇ ਸਾਨੇ ਹੜੇ ਦੇ
ਸੁਰ ਚ ਗਾਓ, ਸੁਰ ਠੀਕ ਨਹੀਂ ਆ, ਲਾਭ ਠੀਕ ਨਹੀਂ ਆ, ਰਿਆਜ਼ ਕਰੋ, ਹੋਰ ਮਿਹਨਤ ਕਰੋ। ਭਾਈ ਜਸਕੀਰਤ ਸਿੰਘ ਜੀ, ਕਿੱਥੋਂ ਆਏ ਆਪਾਂ? ਬੁੜਲਾਡੇ ਤੋਂ। ਕੀ ਸ਼ੁਭ ਨਾਮ ਆਪਣਾ? ਜਸਕੀਰਤ ਸਿੰਘ। ਜੋ ਵੀ ਤਿਆਰੀ ਕਰਕੇ ਆਏ ਹੋ ਉਸ ਮੁਤਾਬਕ ਤੁਸੀਂ ਅਸਥਾਈ ਅੰਤਰਾ ਸਾਨੂੰ ਸੁਣਾਓ ਜੀ। ਹੋਰ ਮਿਹਨਤ ਕਰੋ, ਯਾਦ ਕਰੋ। ਸ਼ਾਬਾਸ਼। ਸਭੈ ਕਾਟ ਰਾਮ ਭੋਲੇ ਰਾਮਾ ਬੋਲੇ, ਸਭੈ ਕਾਟ ਰਾਮ ਭੋਲੇ ਰਾਮਾ। ਠੀਕ ਹੈ ਬੇਟੇ, ਐਸਾ ਗੁਰੂ ਗ੍ਰੰਥ ਸਾਹਿਬ ਦਾ ਇਹ ਪਿਆਰਾ ਰਾਗ ਹੈ, ਦੋਵੇਂ ਦੈਵਤ ਇੰਨੀ ਖੂਬਸੂਰਤੀ ਨਾਲ ਲੱਗਦੇ ਨੇ, ਕਿੰਨੇ ਰਾਗਾਂ ਨੂੰ ਬਚਾ ਬਚਾ ਕੇ ਚੱਲਣਾ ਪੈਂਦਾ ਹੈ ਨਾ। ਇਹਦੇ ਲਈ ਤਾਂ ਬਹੁਤ ਜ਼ਿਆਦਾ ਸਾਧਨਾ ਦੀ ਲੋੜ ਹੈ। ਹੋਰ ਰਿਆਜ਼ ਕਰੋ ਨਾ, ਮਾਰੇ ਦੇ ਪਿਆਰੇ ਪਿਆਰੇ ਰਾਗ ਗਾਓ ਅਤੇ ਮਿਹਨਤ ਕਰੋ ਬੇਟੇ। ਤਿਆਰੀ ਕਰਕੇ ਆਇਓ, ਉਹ ਸੁਣਾਓ ਜੀ ਤੁਸੀਂ। ਹੋਰ ਮਿਹਨਤ ਕਰੋ। ਕੀਰਤਨ ਨਿਰਮੋਲਕ ਹੀਰਾ ਅਣਦ ਗੁਣੀ ਗਹੀਰਾ। ਗੁਰੂ ਪਿਆਰ ਵਾਲਿਓ, ਤੁਸੀਂ ਲਾਹਾ ਲੈ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦਾ ਸਮੋਗਿਕ ਵਕਫੇ ਦਾ। ਮਿਲਦੇ ਇਸ ਵਕਫੇ ਤੋਂ ਬਾਅਦ। ਮੇਰੇ ਲਾਲਨ ਕੀ ਜ਼ੋਬਾ। ਇੱਕ ਡ੍ਰੀਮ ਆ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਕਰਾਂ। ਸੱਚੀ ਮਾਣੀ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਆਨੰਦ ਮਾਣ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦਾ। ਲੁਧਿਆਣਾ ਵਿੱਚ ਚੱਲ ਰਹੇ ਨੇ ਆਡੀਸ਼ਨ, ਅਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਓ ਸਾਰੇ ਚੱਲ ਕੇ ਵੇਖਦੇ ਹਾਂ। ਭਾਈ ਅਮਨਦੀਪ ਸਿੰਘ ਜੀ, ਮੇਰੇ ਲਾਲਨ ਕੀ ਸੋਭਾ, ਸਦਨਬ ਤਨ ਮਨ ਰੰਗੀ ਸੋਭਾ, ਮੇਰੇ ਲਾਲਨ ਕੀ ਸੋਭਾ। ਅਸੀਂ ਫੈਸਲਾ ਕੀਤਾ ਵੀ ਤੁਹਾਨੂੰ ਅਸੀਂ ਰੱਖਣ ਲੱਗੇ ਹਾਂ, ਚੁਣ ਲਿਆ ਤੁਹਾਨੂੰ। ਸ਼ੁਕਰੀਆ। ਆ ਜਾਓ। ਮੇਰੇ ਲਾਲਨ ਕੀ ਸੋਭਾ। ਬੀਬਾ ਗਗਨਪ੍ਰੀਤ ਕੌਰ ਜੀ,
ਫੈਸਲਾ ਕੀਤਾ ਕਿ ਪੈਂਡਿੰਗ ਤੁਹਾਡਾ ਸੀ ਪਾ ਦਿੱਤਾ ਹੈ। ਮੇਰਾ ਨਾਮ ਸਿੰਦਰ ਸਿੰਘ, ਮੈਂ ਗੁਰਾਇਆ ਸ਼ਹਿਰ ਤੋਂ ਆਇਆ। ਇਸੇ ਸਾਲ ਹੀ ਮੇਰੀ ਕੰਪਿਊਟਰ ਇੰਜੀਨੀਅਰਿੰਗ ਕੰਪਲੀਟ ਹੋਈ ਆ। ਨਾਲ ਨਾਲ ਕੀਰਤਨ ਦੀ ਵੀ ਰੁਚੀ ਆ, ਘਰ ਦੇ ਵਿੱਚ ਸੰਗੀਤਕ ਮਾਹੌਲ ਆ, ਪਾਪਾ ਕੀਰਤਨ ਕਰਦੇ ਨੇ। ਇੱਕ ਡ੍ਰੀਮ ਆ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਕਰਾਂ। ਸੋ ਇੱਕ ਦਿਨ ਇੱਦਾਂ ਹੀ ਟੀ ਵੀ ਦੇਖਦੇ ਦੇਖਦੇ ਐਡਵਰਟਾਈਜ਼ਮੈਂਟ ਆਈ ਪੀ ਟੀ ਸੀ 'ਤੇ, ਪਤਾ ਲੱਗਾ ਕਿ ਆਡੀਸ਼ਨ ਚੱਲ ਰਹੇ ਗਾਵੋ ਸੱਚੀ ਬਾਣੀ ਦੇ। ਸੋ ਕਿ ਆਪਣੀ ਕਿਸਮਤ ਅਜਮਾਉਣ ਇੱਥੇ ਆ ਗਿਆ, ਬਾਕੀ ਦੇਖੋ ਹੁਣ ਕੀ ਹੁੰਦਾ। ਮੇਰੇ ਲਾਲ ਕੀ ਸੋਭਾ, ਮੇਰੇ ਲਾਲ ਕੀ ਸੋਭਾ, ਮੇਰੇ ਲਾਲ ਕੀ ਸੋਭਾ, ਸਦਨਵ ਤਨ ਮਨ ਰੰਗੀ ਸੋਭਾ, ਸਦਨਵ ਤਨ ਮਨ ਰੰਗੀ ਸੋਭਾ, ਮੇਰੇ ਲਾਲ ਕੀ ਸੋਭਾ, ਮੇਰੇ ਲਾਲ ਕੀ ਸੋਭਾ। ਮਹੇਸ ਸਿੱਧ ਮੁਨਿੰਦਰ, ਕੁਛ ਵਿਚਾਰ ਕਰ ਲਈ ਹੈ, ਤੁਹਾਨੂੰ ਕੀ ਲੱਗਦਾ ਹੈ? ਜੀ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਨਾ ਕਿ ਮੈਂ ਕੀ ਗਾਇਆ ਕੀ ਨਹੀਂ, ਤੁਹਾਨੂੰ ਲੱਗਦਾ ਕਿ ਅਸੀਂ ਤੁਹਾਨੂੰ ਸਿਲੈਕਟ ਕਰਾਂਗੇ? ਕਿਰਪਾ ਆ ਜਾਓ ਆ ਜਾਓ। ਨਵਜੋਤ ਸਿੰਘ ਜੀ, ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਪਾਪ ਕੀ ਜੰਝ ਲੈ ਕਾਬ ਠੀਕ ਹੈ ਬੇਟੇ, ਹੋਰ ਰਿਆਜ਼ ਕਰੋ, ਖੂਬ ਮਿਹਨਤ ਕਰੋ। ਮੇਰਾ ਨਾਮ ਇਸ਼ਮੀਤ ਕੌਰ ਹੈ ਅਤੇ ਮੈਂ ਸ਼ਹਿਰ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਮੈਨੂੰ ਗੁਰਮਤਿ ਸੰਗੀਤ ਦਾ ਸ਼ੌਂਕ ਬਚਪਨ ਤੋਂ ਹੀ ਪੈ ਗਿਆ ਸੀਗਾ। ਜਦੋਂ ਮੈਂ 5th ਸਟੈਂਡਰਡ 'ਚ ਸੀ ਅਤੇ ਮੈਨੂੰ ਸਕੂਲ ਟੀਮ ਵਿੱਚ ਸਿਲੈਕਟ ਕੀਤਾ ਗਿਆ ਸੀ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਦੇਖਿਆ PTC ਚੈਨਲ 'ਤੇ ਕਿ ਗਾਵੋ ਸੱਚੀ ਬਾਣੀ ਨਾਮ ਦਾ ਸ਼ੋਅ ਆ ਰਿਹਾ ਹੈ ਅਤੇ ਮੈਂ ਸੋਚਿਆ ਕਿ ਮੈਂ ਇਸ ਵਿੱਚ ਭਾਗ ਲਵਾਂ। ਗਾਉਣਾ ਸ਼ੁਰੂ ਕਰੋ ਜੀ, ਅਸਥਾਈ ਅੰਤਰਾ। ਮਨ ਤਨ ਜਾਪੀਏ ਭਗਵਾਨ
ਜਵਾਨ ਮਨ ਤਨ ਜਾ ਪੀਏ ਭਗਵਾਨ ਗੁਰਪੁਰੇ ਸੋ ਪ੍ਰਸਾਨ ਪਏ ਗੁਰਪੁਰੇ ਸੋ ਪ੍ਰਸਾਨ ਪਏ ਸਦਾ ਸੁਖ ਕਲਿਆਣ ਮਨ ਤਨ ਤੁਹਾਨੂੰ ਅਸੀਂ ਰੱਖਦੇ ਹਾਂ ਲੇਕਿਨ ਤੁਹਾਨੂੰ ਬਹੁਤ ਰਿਆਜ਼ ਦੀ ਲੋੜ ਹੈ ਕਰਨਾ ਪਏਗਾ ਮਨ ਤਨ ਜਾ ਪੂਰੀ ਖੁਸ਼ੀ ਹੈ ਚਿਹਰੇ ਤੇ ਹੈ ਜਦ ਸਾਹਿਬਾਨ ਨੇ ਫਿਰ ਦੇਤਾ ਸਰੋਪਾ ਕਿਆ ਬਾਤ ਹੈ ਪਤਾ ਲੱਗ ਗਿਆ ਵੀ ਮੁਕਾਬਲਾ ਜਿਹੜਾ ਅੱਗੇ ਆਉਣ ਵਾਲਾ ਸਖਤ ਹੋਣ ਵਾਲਾ ਚਲੋ ਠੀਕ ਹੈ ਬੈਸਟ ਆਫ ਲੱਕ ਪੂਰੇ ਜੋਸ਼ ਦੇ ਨਾਲ ਮਹਾਂ ਮੁਕਾਬਲੇ 'ਚ ਵਿਜੇਤਾ ਬਣਨਾ ਗਾਵੋ ਸੱਚੀ ਬਾਣੀ ਦਾ ਠੀਕ ਹੈ ਗੁਰੂ ਪਿਆਰ ਵਾਲਿਓ ਤੁਸੀਂ ਲਾਹਾ ਲੈ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਉਪਰਾਲੇ ਜਿਹਦਾ ਨਾਮ ਹੈ ਗਾਵੋ ਸੱਚੀ ਬਾਣੀ ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਲਾਹਾ ਲੈ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦਾ ਲੁਧਿਆਣਾ ਦੀ ਧਰਤੀ 'ਤੇ ਚੱਲ ਰਹੇ ਨੇ ਆਡੀਸ਼ਨ ਪ੍ਰਤੀਯੋਗੀ ਵੀ ਪੂਰੀ ਮਿਹਨਤ ਕਰਕੇ ਆ ਰਹੇ ਨੇ ਅਤੇ ਉੱਧਰੋਂ ਜੱਜ ਸਾਹਿਬਾਨ ਵੀ ਹੈਰਾਨ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਓ ਚੱਲਦੇ ਆਡੀਸ਼ਨ ਦੇ ਸੈੱਟ 'ਤੇ ਬਲਵਿੰਦਰ ਕੌਰ ਜੀ ਕੀ ਸੁਣਾ ਰਹੇ ਹੋ ਪ੍ਰਦੀਪ ਵਿੱਚ ਇੱਕ ਰੀਤ ਸ਼ਬਦ ਸੁਣਾਓ ਸੁਣਾਓ ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ ਇੱਕ ਪਲ ਦਿਨਸ ਮੋਕੋ ਕਬੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਦਰਸ਼ਨ ਕੀ ਮਨ ਆਸ ਕਨੇਰੀ ਆਸ ਕਨੇਰੀ ਦਰਸ਼ਨ ਕੀ
ਬਹੁਤ ਸੋਹਣਾ, ਬਹੁਤ ਸੁੰਦਰ, ਬਹੁਤ ਸੋਹਣਾ ਗਾਇਆ ਤੁਸੀਂ। ਅਸੀਂ ਸਵਰ ਤਾਲ ਨੂੰ, ਆਵਾਜ਼ ਨੂੰ, ਸ਼ਰਧਾ ਨੂੰ, ਤੁਹਾਡਾ ਭਾਵ, ਪੇਸ਼ਕਾਰੀ, ਉਚਾਰਨ, ਸੁਰ, ਰਾਗ, ਆਵਾਜ਼, ਮਰਿਆਦਾ, ਸ਼ਬਦ ਚੋਣ, ਗੁਰਸਿੱਖੀ ਪਹਿਰਾਵਾ ਸਾਰਿਆਂ ਨੂੰ ਤੱਕਦੇ ਹਾਂ। ਅਤੇ ਮੇਰੇ ਮਨ 'ਚ ਆਉਂਦੀ ਸੀ ਕਿ ਕੁੜੀ ਬੜੀ ਦੂਰੋਂ ਆਈ ਹੈ, ਨਿਰਾਸ਼ ਨਾ ਹੋ ਜਾਵੇ, ਪਰ ਜੇ ਤੁਸੀਂ ਅੱਛਾ ਨਾ ਗਾਉਂਦੇ ਤਾਂ ਨਿਰਾਸ਼ ਤਾਂ ਹੋਣਾ ਹੀ ਸੀ। ਤੁਸੀਂ ਅੱਛਾ ਗਾਇਆ। ਬਹੁਤ ਭਾਈ ਕਰਨਵੀਰ ਸਿੰਘ ਜੀ, ਮਨ ਕਰ ਕਬੂਨਾ ਹਰ ਗੁਣ ਗਾਇ, ਆਇਓ ਸ਼ਰਨ ਤੋ ਹਰੇ ਸਤਿਗੁਰ ਆਪ ਜੀ ਤਾਂ ਅਸੀਂ ਪੈਂਡਿੰਗ ਰੱਖ ਰਹੇ ਹਾਂ। ਅਰਵਿੰਦਰ ਸਿੰਘ ਜੀ, ਸਿਰੇ ਵਾ ਗੁਰੂ ਆਨੰਦ ਗੁਣੇ ਨਿਦਾਨ ਗੁਰੂ ਕਰੇ ਬਨਵਾਜ ਕਰੇ ਬਨਵਾਜ ਕਰੇ ਬਨਵਾਜ ਯਾਰ ਵੇ ਪ੍ਰਹਬ ਸਖੀਆਂ ਯਾਰ ਵੇ ਪ੍ਰਹਬ ਸਖੀਆਂ ਯਾਰ ਵੇ ਪ੍ਰਹਬ ਸਖੀਆਂ। ਠੀਕ ਹੈ ਬਸ ਬੇਟੇ, ਇੱਕ ਚੀਜ਼ ਜ਼ਰੂਰੀ ਮੈਂ ਜ਼ਰੂਰ ਦੱਸੂੰਗਾ ਕਿ ਕੋਸ਼ਿਸ਼ ਕਰਨੀ ਹੈ ਸ਼ਬਦ ਕੰਠ ਕਰਕੇ, ਹੈ ਨਾ, ਤੁਸੀਂ ਮੋਬਾਈਲ 'ਤੇ ਰੱਖਿਆ ਕਿਉਂਕਿ ਤੁਸੀਂ ਆਡੀਸ਼ਨ ਦੇਣ ਆਏ ਹੋ, ਘੱਟੋ ਘੱਟ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਿੰਨੇ ਸ਼ਬਦ ਕੰਠ ਹੋ ਜਾਣ ਅੱਗੇ। ਹੁਣ ਅਸੀਂ ਥੋੜ੍ਹਾ ਸਮਝੌਤਾ ਕਰ ਲੈਂਦੇ, ਅੱਗੇ ਨਹੀਂ ਹੋਏਗਾ। ਆਓ ਭਾਈ ਸਾਹਿਬ ਜੀ। ਹਬੇ ਸਖੀਆਂ ਯਾਰ ਵੇ ਹਬੇ ਸਖੀਆਂ। ਭਾਈ ਗੁਰਸ਼ਰਨ ਸਿੰਘ ਜੀ, ਨਾਮ ਗੁਰਸ਼ਰਨ ਸਿੰਘ ਹੈ ਜੀ, ਲੁਧਿਆਣਾ ਆਡੀਸ਼ਨ ਵਿੱਚ ਭਾਗ ਲੈਣ ਜਾ ਰਿਹਾ। ਨਤੀਜਾ ਤਾਂ ਮਹਾਰਾਜ ਨੂੰ ਪਤਾ ਹੈ, ਪਰ ਅਰਦਾਸ ਹੈ ਮਹਾਰਾਜ ਅੱਗੇ ਕਿ ਗੁਰਮਤਿ ਸੰਗੀਤ ਦੇ ਸਿਧਾਂਤ ਅਨੁਸਾਰ ਕੀਰਤਨ ਦੀ ਸੇਵਾ ਸਤਿਗੁਰੂ ਆਪ ਲੈ ਲੈਣ, ਅਤੇ ਦਾਸ ਨੂੰ, ਦਾਸ ਦਾ ਦਿਲੀ ਚਾਅ ਹੈ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦਾਸ ਨੂੰ ਕੀਰਤਨੀਆਂ ਦੀ ਸੇਵਾ ਵਜੋਂ ਮਹਾਰਾਜ ਬਖਸ਼ਿਸ਼ ਕਰਨ, ਸੇਵਾ ਕਰ ਸਕਾਂ ਜੀ, ਅਤੇ ਵੱਧ ਤੋਂ ਵੱਧ ਇੱਥੇ ਵੀ ਵਧੀਆ ਢੰਗ ਦੇ ਨਾਲ ਕੀਰਤਨ ਦੀ ਸੇਵਾ ਨਿਭਾ ਸਕਾਂ, ਵਧੀਆ ਆਡੀਸ਼ਨ ਦੇ ਸਕਾਂ ਜੀ। ਜੀ ਆਇਆਂ ਨੂੰ ਖੁਸ਼ ਆਮਦੀਦ, ਤੰਤੀ ਸਾਜ਼ਾਂ ਨਾਲ ਆਏ ਹੋ, ਅੱਛਾ ਲੱਗਾ ਸਾਨੂੰ, ਸਜੋ ਜੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਛਾ ਗਾਓਗੇ, ਪਹਿਲਾਂ ਦਿਲਬਾ ਨਾਲ ਅਲੰਕਾਰ ਬੰਨੋ, ਉਸ ਤੋਂ ਬਾਅਦ ਅਲਾਪ ਕਰਕੇ ਸ਼ੁਰੂ ਕਰੋ ਪੂਰੀ ਵਿਧੀ ਨਾਲ। ਕਬ ਮੋਹੇ ਕਬ ਗਾ
ਲਾਵੇਂਗੀ ਕਬ ਮੋਹੇ ਕਬ ਗਾ ਲਾਵੇਂਗੀ ਹੋ ਤੁਮਰੀ ਕਰੋ ਨੇਤ ਆਸ ਨੇਤ ਆਸ ਕਬ ਹੋਗੇ ਕਬ। ਠੀਕ ਹੈ ਜੀ, ਤੁਹਾਡੀ ਹਿੰਮਤ ਨੂੰ ਦਾਤ ਦਿੰਦੇ ਹੋਏ ਅਸੀਂ ਤੁਹਾਨੂੰ ਸਿਲੈਕਟ ਕਰਦੇ ਹਾਂ, ਪਰ ਬਹੁਤ ਮਿਹਨਤ ਦੀ ਲੋੜ ਹੈ ਤੁਹਾਨੂੰ ਕਿ ਗੁਰਮਤਿ ਤੰਤੀ ਸਾਜ ਜੋ ਸਾਡੀ ਪੁਰਾਤਨ ਮਰਿਆਦਾ ਹੈ ਉਹਦੇ ਅਕੋਰਡਿੰਗ ਤੰਤੀ ਸਾਜਾਂ ਨਾਲ ਕੀਰਤਨ ਕਰਨ ਵਾਲੇ ਬਹੁਤ ਘੱਟ ਨੇ ਤੇ ਤੁਹਾਡੇ ਤੋਂ ਆਸ ਰੱਖਦੇ ਹਾਂ ਤੁਸੀਂ ਇੱਧਰ ਨੂੰ ਤੁਰੋਗੇ, ਮਿਹਨਤ ਕਰੋਗੇ। ਮੋਹੇ ਕਬ ਗਾ ਲਾਵੇਂਗੀ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਾਸ ਮਿਟਾਏ। ਗੁਰੂ ਭਾਗਾਂ ਵਾਲਿਓ, ਤੁਸੀਂ ਜੁੜੇ ਪਏ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਖਾਸ ਉਪਰਾਲੇ ਗਾਵੋ ਸੱਚੀ ਬਾਣੀ ਦੇ ਨਾਲ। ਸਮਾਂ ਹੋ ਗਿਆ ਜੀ ਇੱਕ ਵਕਫੇ ਦਾ, ਜਾਣਾ ਕਿਤੇ ਨਹੀਂ, ਮਿਲਦੇ ਆਪਾਂ ਇਸ ਵਕਫੇ ਤੋਂ ਬਾਅਦ। ਤੂੰ ਚੋ ਸਜਣ ਮੈਂਡਿਆ ਮੈਂਡਿਆ ਤੂੰ ਚੋ ਸਜਣ ਮੈਂਡਿਆ ਕਰੀ ਸੱਚੀ ਮਾਣੀ। ਲਓ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਰੂਹਾਨੀਅਤ ਭਰਪੂਰ ਖਾਸ ਉਪਰਾਲੇ ਜਿਹਦਾ ਨਾਮ ਹੈ ਗਾਵੋ ਸੱਚੀ ਬਾਣੀ। ਲੁਧਿਆਣਾ ਦੀ ਧਰਤੀ 'ਤੇ ਚੱਲ ਰਹੇ ਨੇ ਆਡੀਸ਼ਨ, ਪ੍ਰਤੀਯੋਗੀ ਹੋਮ ਹੋਮ ਆ ਕੇ ਪਹੁੰਚ ਰਹੇ ਨੇ, ਸੋ ਕਿਸ ਤਰ੍ਹਾਂ ਦਾ ਹਾਲ ਹੈ ਆਡੀਸ਼ਨ ਸੈਟ 'ਤੇ ਆਓ ਸਾਰੇ ਚੱਲ ਕੇ ਵੇਖਦੇ ਹਾਂ। ਅਰਸ਼ਦੀਪ ਸਿੰਘ ਜੀ ਆਓ ਜੀ। ਬਨ ਕੇ ਓ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੀ ਪ੍ਰੀਤਮ ਕੇ ਹੋ ਕੋਮਲਪ੍ਰੀਤ ਕੌਰ ਜੀ ਕੀ ਸੁਣਾ ਰਹੇ ਹੋ? ਕੋਮਲਪ੍ਰੀਤ ਜੀ ਰਾਗ ਤਿਲੰਗ। ਸ਼ਾਬਾਸ਼, ਸ਼ੁਰੂ ਕਰੋ ਜੀ। ਕਰੀਮਾ
ਠੀਕ ਹੈ ਬੇਟੇ। ਹੋਰ ਰਿਆਜ਼ ਕਰਨ ਦੀ ਲੋੜ ਪਤਾ ਕਿਉਂ ਹੈ? ਸਾਨੂੰ ਤਾਂ ਗਲਾ ਬਹੁਤ ਪਸੰਦ ਆਇਆ, ਬਹੁਤ ਸੋਹਣਾ ਗਾਇਆ, ਪਰ ਸਕੇਲ ਨੂੰ ਦੇਖ ਕੇ ਕਿਉਂਕਿ ਤੁਸੀਂ ਗੰਧਾਰ ਟੱਚ ਨਹੀਂ ਕਰ ਰਹੇ ਸੀ, ਤੁਹਾਡਾ ਸਕੇਲ ਥੋੜ੍ਹਾ ਉੱਚਾ ਰੱਖ ਲਿਆ ਨਾ ਤੁਸੀਂ। ਸਾਡੀ ਸਾਰਿਆਂ ਦੀ ਸਲਾਹ ਹੈ ਕਿ ਤੁਸੀਂ ਰਿਆਜ਼ ਕਰੋ, ਅਤੇ ਤੁਹਾਡੀ ਹੌਸਲਾ ਅਫਜ਼ਾਈ ਕਰਦੇ ਹੋਏ ਤੁਹਾਨੂੰ ਅਸੀਂ ਗਾਵ ਸੱਚੀ ਬਾਣੀ ਲਈ ਸਿਲੈਕਟ ਕਰ ਰਹੇ ਹਾਂ। ਮੈਂ ਕੋਮਲਪ੍ਰੀਤ ਕੌਰ, ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਈ ਹਾਂ ਜੀ। ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਕੀਰਤਨ ਕਰਨ ਦਾ, ਸਾਡੇ ਘਰ ਵਿੱਚ ਮਾਹੌਲ ਵੀ ਸੀ ਕੀਰਤਨ ਦਾ, ਮੇਰੇ ਪਾਪਾ ਵੀ ਕੀਰਤਨ ਕਰਦੇ ਨੇ, ਅਤੇ ਮੈਂ ਇੱਥੇ ਅੱਜ ਆਡੀਸ਼ਨ ਦੇਣ ਆਈ ਸੀ ਅਤੇ ਮੇਰੀ ਸਿਲੈਕਸ਼ਨ ਹੋ ਗਈ ਹੈ, ਅਤੇ ਜੱਜਿਸ ਨੇ ਵੀ ਮੈਨੂੰ ਬਹੁਤ ਅੱਛੇ ਅੱਛੇ ਕਮੈਂਟਸ ਦਿੱਤੇ ਨੇ। ਆਓ ਸਖੀ ਅਸੀਂ ਪੇਰ ਕਾ ਮੰਗਲ ਗਾਵੇ, ਬਿਨ ਨਾਵੇ ਪੂਜਨਾ ਹੋਏ, ਪੂਜਾ ਕੀ ਚੈ ਨਾਮ ਧਿਆਈਐ, ਕਸ ਮਲਾ ਮਿਟ ਜਾਏ ਪਰੇ ਰਹਿ, ਸਾਜਨਾ ਸੰਤ ਆਓ ਮੇਰੇ। ਠਾਕੁਰ ਤੁਮ ਸਰਣਾਈ ਆਇਆ, ਉੱਤਰ ਗਇਓ ਮੇਰੇ ਮਨ ਕਾ ਸੰਸਾਰ, ਉਠਤ ਸੁਖੀਆ ਬੈਠਤ ਹੋਰ ਰਿਆਜ਼ ਕਰੋ। ਖੂਬ ਰਿਆਜ਼ ਦੀ ਲੋੜ ਹੈ ਜੀ। ਸਾਵਣ ਆਇਆ ਹੈ ਸਖੀ, ਸਾਵਣ ਆਇਆ ਹੈ ਸਖੀ, ਬੇਤਾਬ ਸਿੰਘ ਜੀ ਤੁਹਾਡਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਾਂ, ਆ ਜਾਓ। ਕੀ ਸੁਣਾ ਰਹੇ ਹੋ? ਸੁਣਾਓ ਸੁਣਾਓ। ਵਾਹਿਗੁਰੂ ਤੂੰ ਚੌ ਸਜਨ ਮੈਂ ਡਿਆ, ਮੈਂ ਡਿਆ ਤੂੰ ਚੌ ਸਜਨ ਮੈਂ ਡਿਆ, ਮੈਂ ਡਿਆ ਤੂੰ ਚੌ ਸਜਨ ਮੈਂ ਡਿਆ, ਸਜਣ ਮੈਂ ਡਿਆ।
ਵਧੀਆ ਕੀਤਾ, ਸ਼ਾਬਾਸ਼। ਅਤੇ ਹੁਣ ਸਾਰਿਆਂ ਨੂੰ ਕਿੱਦਾਂ ਜੀ? ਹਾਂਜੀ ਹਾਂਜੀ ਆਓ ਜੀ। ਨੈਣ ਮਹਿੰਜੇ ਤਰਸਦੇ। ਨਿਰਮਲ ਸਿੰਘ ਜੀ ਖਾਲਸਾ ਜੀ ਅਤੇ ਭਾਈ ਗੁਰਮੀਤ ਸਿੰਘ ਸ਼ਾਨ ਜੀ, ਆਪਾਂ ਅੰਮ੍ਰਿਤਸਰ ਵੀ ਆਡੀਸ਼ਨ ਲਿਆ ਅਤੇ ਅੰਮ੍ਰਿਤਸਰ ਤੋਂ ਅਤੇ ਲੁਧਿਆਣੇ ਤੋਂ ਤੁਹਾਨੂੰ ਕੀ ਫਰਕ ਲੱਗਦਾ? ਬੜੀ ਕਮਾਲ ਗੱਲ ਹੈ ਕਿ ਬੱਚਿਆਂ ਨੇ ਇੰਨੇ ਨੇ ਔਖੇ ਰਾਗ ਚੁਣੇ ਹਨ, ਇੰਨੇ ਔਖੇ ਰਾਗ ਸੁਣਾਏ ਹਨ। ਸੋ ਇਹ ਵਾਹਿਗੁਰੂ ਦੀ ਮਿਹਰ ਹੈ, ਆਉਣ ਵਾਲੇ ਸਮੇਂ 'ਚ ਜਿੱਥੇ ਰਾਗ ਚੱਲਣਗੇ, ਤਾਲ ਚੱਲਣਗੇ, ਉੱਥੇ ਤੰਤੀ ਸਾਜ਼ ਵੀ ਚੱਲਣਗੇ। ਤੋ ਸੱਚੇ ਪਾਤਸ਼ਾਹ ਮਿਹਰ ਕਰਨ। ਜਿਹੜੇ ਵਿਦਿਆਰਥੀਆਂ ਨੂੰ ਅਸੀਂ ਚੁਣ ਲਿਆ, ਉਹ ਹੋਰ ਮਿਹਨਤ ਕਰਨਗੇ ਅਤੇ ਸਾਡੇ ਲਈ ਸੌਖਾ ਹੋ ਜਾਵੇਗਾ। ਤੁਹਾਡਾ ਕੀ ਖਿਆਲ ਹੈ ਪ੍ਰਿੰਸੀਪਲ ਸਾਹਿਬ ਜੀ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਿਆਰੇ ਪਿਆਰੇ ਰਾਗ ਹੈ, ਇੰਨੇ ਪਿਆਰੇ ਪਿਆਰੇ ਸੁਰੀਲੇ ਕੀਰਤਨਕਾਰਾਂ ਪਾਸੋਂ ਸੁਣੇ, ਅਸੀਂ ਇਹੀ ਆਸ ਰੱਖਦੇ ਹਾਂ ਸਤਿਗੁਰੂ ਕਿਰਪਾ ਕਰ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਇਹ ਸੀ ਜੀ ਗਾਵੋ ਸੱਚੀ ਬਾਣੀ ਦਾ ਲੁਧਿਆਣਾ ਆਡੀਸ਼ਨ। ਵੱਧ ਤੋਂ ਵੱਧ ਪ੍ਰਤੀਯੋਗੀਆਂ ਨੇ ਇਹਦੇ ਵਿੱਚ ਭਾਗ ਲਿਆ ਅਤੇ ਹੁਣ ਆਪਾਂ ਪਹੁੰਚਾਂਗੇ ਪਟਿਆਲਾ ਦੀ ਧਰਤੀ 'ਤੇ। ਪਟਿਆਲਾ ਦੀ ਉਹ ਧਰਤੀ ਜਿਹਦੇ ਬਾਰੇ ਕਿਹਾ ਜਾਂਦਾ ਸੰਗੀਤ ਘਰਾਣਿਆਂ ਦਾ ਘਰ, ਇੱਕ ਨਹੀਂ ਅਨੇਕਾਂ ਹੀ ਸੰਗੀਤ ਵਿਦਿਆਲੇ ਉਸ ਧਰਤੀ 'ਤੇ ਮੌਜੂਦ ਨੇ। ਸੋ ਕਿਸ ਤਰ੍ਹਾਂ ਦਾ ਰਹੇਗਾ ਪਟਿਆਲਾ ਆਡੀਸ਼ਨ, ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਦਿਓ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ।